ਦਿੱਲੀ ਮੁਰਦਾਬਾਦ 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 ਵਾਦਾ ਕਰਕੇ ਮੁੱਕਰਨ ਵਾਲਾ ਮੁੱਖ ਮੰਤਰੀ ਮੁਰਦਾਬਾਦ 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 मनरेगा के वर्कर हैं पंजाब दे विच सरकार दे खिलाफ प्रदर्शन कर रहे हैं। तुसी देखो ये बीबिया जिहड़ी प्रदर्शन कर रही हैं की मंग है इन्हां दी, उस मुद्दे नूं लेके इन्हां नाल गलबात करते हैं जिहड़ा विरोध हो रहा है। किस चीज़ का विरोध किया जा रहा है? हाँ जी, क्या नाम आप जी का? मेरा नाम जैप सिंह पठोई, प्रधान नरेगा वर्कर फ्रंट पंजाब। विरोध कर रही है, की मुद्दा थोड़ा? यह सब तो बड़ा जो पंजाब सरकार ने इन्हां नाल झूठ बोलिया कि तुहानू असीं घर घर दे विच नौकरी देवांगे, नरेगा वर्करां नूं रेगूलर काम देवांगे, इन्हां दी दिहाड़ी 700 करांगे, कच्चे घरां दे पैसे देवांगे, लेकिन सरकार हर वादे तो मुकरी है। अज गरीब समाज पूरा सारे सड़कां ते आवेगा। असीं पहलां कैप्टन साहब का महल भी घेरिया, चंडीगढ़ कोठी भी घेरी, हुण असीं हर जगह हर ब्लाक च हर जिले च जाके डीसी साहबां नूं मंग पत्र देवांगे, अगर ना हल होया असीं रोड ते आवांगे। 2022 दे विच नोट कर लैण सारियां पोलीटिकल सरकारां पोलीटिकल पार्टियां किसान मजदूर मिलके एक बहुत बड़ा प्लेटफार्म बनूगा। असीं इन्हां नूं दसांगे किवें सरकार बनाउंदे ने, साडी वोट नाल सरकार बनदी है, असीं भी बनाउण जाणदे आ, और 2022 दे विच इन्हां नूं बना के दिखावांगे। जिहड़े कॉलेज दे बारे तुसीं विरोध करिया, कॉलेज नूं की चाहुंदे हो? सरकारी होना चाहिए। असीं चाहुंदे आ जो समाणे दे विच पब्लिक कॉलेज है वह सरकारी कॉलेज होवे, बच्चे फीसां नहीं दे सकते, बड़े मजबूर ने, असीं सिर्फ बेनती करन आए, अगर ना किया असीं मोर्चा भी ला देना। ये अज जिहड़ा विरोध है पूरे पंजाब दे विच हो रहा है, ਸਾਡੇ ਜਿਹੜੇ ਪੂਰੇ ਪੰਜਾਬ ਵੱਲੋਂ ਵੱਖ ਵੱਖ ਜਿਹੜੇ ਲੀਡਰ ਨੇ ਵੱਖ ਵੱਖ ਤਾਂ ਬਲਾਕਾਂ ਦੇ ਵਿੱਚ ਇਸ ਪ੍ਰੋਟੈਸਟ ਕਰ ਰਹੇ ਨੇ ਸਾਹਿਬ ਕੰਛੀਰਾਮ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ, ਕਿਉਂਕਿ ਉਹਨਾਂ ਨੇ ਜਿਹੜਾ ਜ਼ਮੀਨੀ ਪੱਧਰ ਤੋਂ ਸੰਘਰਸ਼ ਕੀਤਾ ਸੀ ਰੋਡਾਂ ਤੋਂ ਸ਼ੁਰੂ, ਅਸੀਂ ਉਹ ਉਸੇ ਲੀਨ ਨੂੰ ਅੱਗੇ ਤੋਰਦੇ ਹੋਏ ਅੱਜ ਗਲੀ ਗਲੀ ਜਿਹੜਾ ਰੋਡ 'ਤੇ ਜਿਹੜਾ ਪ੍ਰਦਰਸ਼ਨ ਕਰ ਰਹੇ ਹਾਂ ਵੀ ਜਿਹੜੇ ਸਾਡੇ ਲੋਕਾਂ ਦੇ ਹੱਕ ਨੇ ਪੰਜਾਬ ਸਰਕਾਰ ਮੁੱਕਰ ਚੁੱਕੀ ਹੈ ਉਹ ਉਹਨਾਂ ਨੂੰ ਲੋਕਾਂ ਦੇ ਹੱਕ ਨਹੀਂ ਮਿਲ ਰਹੇ, ਲੋਕ ਸਰਕਾਰ ਦੇ ਖਿਲਾਫ਼ ਵਿਰੋਧ ਕਰ ਰਹੇ ਹਾਂ, ਖਾਸ ਕਰ ਬੀਬੀਆਂ ਇਹਨਾਂ ਨਾਲ ਵੀ ਕਰਦੇ ਆ। ਭੈਣ ਜੀ ਨਾਮ ਕੀ ਆਪ ਜੀ ਦਾ? ਮੇਰਾ ਨਾਮ ਜਸਵਿੰਦਰ ਕੌਰ ਹੈ। ਜਸਵਿੰਦਰ ਕੌਰ ਜੀ, ਇੱਕ ਹੀ ਬੀਬੀਆਂ ਕਿਸ ਚੀਜ਼ ਦਾ ਵਿਰੋਧ ਕਰ ਰਹੀਆਂ? ਬੀਬੀਆਂ ਇਹ ਮਨਰੇਗਾ ਦੇ ਤਹਿਤ ਹੀ ਆਈਆਂ ਨੇ, ਜ਼ਿਆਦਾਤਰ ਤਾਂ ਵੀ ਦੇਖੋ ਸਾਡੇ ਪਿੰਡ ਦੇ ਵਿੱਚ ਜਾਂ ਸਾਰੇ ਹਰ ਇੱਕ ਲਾਗਲੇ ਪਿੰਡਾਂ ਦੇ ਵਿੱਚ ਮਨਰੇਗਾ ਤੇ ਪਰਿਵਾਰ ਡਿਪੈਂਡ ਨੇ। ਇੰਨੀ ਗਰੀਬੀ ਹੋਣ ਦੇ ਬਾਵਜੂਦ ਘਰ ਵਾਲੇ ਤਾਂ ਸ਼ਰਾਬ ਪੀ ਲੈਂਦੇ, ਮਾੜੇ ਮੋਟੇ ਕਮਾਉਂਦੇ ਆ, ਠੀਕ ਹੈ ਨਾ, ਕਿਉਂਕਿ ਲੱਤ ਲਾਈ ਹੈ ਸ਼ਰਾਬ ਦੀ, ਨਸ਼ਿਆਂ ਦੀ ਲੱਤ ਲਾਈ, ਗੋਲੀ ਹਰ ਘਰ ਵਿੱਚ, ਨਿੱਕਾ ਨਿੱਕਾ ਬੱਚਾ ਵੀ ਖਾਂਦਾ, ਤੇ ਉਸ ਤੋਂ ਬਾਅਦ ਇਹ ਮਨਰੇਗਾ ਬੀਬੀਆਂ ਨੂੰ ਜੇ ਹਫ਼ਤੇ 'ਚ 10 ਦਿਨ ਵੀ ਕੰਮ ਮਿਲਦਾ ਜਾਂ ਹਫ਼ਤਾ ਵੀ ਮਿਲਦਾ ਤਾਂ ਉਹਦੇ 1800 ਰੁਪਏ ਨਾਲ ਦਾ ਘਰ ਤਾਂ ਨਹੀਂ ਚੱਲ ਸਕਦਾ। ਚੋਣਾਂ ਦੇ ਲੀਡਰ ਆਣਗੇ, ਤੁਹਾਡੇ ਨਾਲ ਵਾਅਦੇ ਕਰਨਗੇ ਬਹੁਤ ਜ਼ਿਆਦਾ? ਸਾਡੇ ਨਾਲ ਵਾਅਦੇ ਜੀ ਪਿਛਲੇ ਕਈ ਸਾਲਾਂ ਤੋਂ ਹੋ ਰਹੇ ਆ, ਜੋ ਕਿ ਪੂਰੇ ਤਾਂ ਹੋਏ ਨਹੀਂ ਆ, ਪਰ ਅਸੀਂ ਹੁਣ ਚਾਹੁੰਦੇ ਹਾਂ ਕੋਈ ਇਹਦੇ ਮਜ਼ਦੂਰ ਕਿਸਾਨ ਦੇ ਵਿੱਚੋਂ ਹੀ ਕੋਈ ਇਹੋ ਜਿਹਾ ਨੇਤਾ ਚੁਣਿਆ ਜਾਵੇ ਤਾਂ ਕਿ ਗਰੀਬ ਪਰਿਵਾਰਾਂ ਦੇ ਚੁੱਲ੍ਹੇ ਜਲ ਸਕਣ। ਸ਼ਰਾਬ ਤੇ ਪੈਸਾ ਚੱਲਦਾ ਵੋਟਾਂ ਦੇ ਵਿੱਚ, ਕੀ ਮਤਲਬ ਇਤਕੀ ਵੀ ਇਸ ਤਰ੍ਹਾਂ ਹੋਊਗਾ? ਨਹੀਂ ਜੀ, ਅਸੀਂ ਬਿਲਕੁਲ ਪੈਸਾ ਨਹੀਂ ਦੇਣਾ, ਅਸੀਂ ਤਾਂ ਸੋਚਿਆ ਜਾਊਗਾ ਤੇ ਇਹੀ ਕਹਾਂਗੇ ਵੀ ਹਰ ਘਰ ਦੇ ਵਿੱਚ ਕਣਕ ਉਹਨਾਂ ਦੀ ਆਪਣੀ ਹੋਵੇ, ਸੌਦਾ ਉਹਦੇ ਘਰ ਭਰਪੂਰ ਆਵੇ, ਬੱਚੇ ਉਹਨਾਂ ਦੇ ਪੀਸਾਂ ਤੋਂ ਬਿਨਾਂ ਘਰ ਵਿੱਚ ਨਾ ਬੈਠਣ ਤੇ ਹਰ ਇੱਕ ਪਰਿਵਾਰ ਦੇ ਘਰ ਵਿੱਚ ਨੌਕਰੀ ਜ਼ਰੂਰ ਹੋਵੇ। ਮੈਨੂੰ ਵਿਸ਼ਵਾਸ ਹੈ ਕਿ ਜਿਹੜੀ ਆਉਣ ਵਾਲੀ ਸਰਕਾਰ ਹੋਊਗੀ ਹਰ ਘਰ ਦਾ ਬੱਚਾ ਬੱਚਾ ਨੌਕਰੀ ਕਰੇਗਾ ਤੇ ਬਜ਼ੁਰਗ ਵੀ ਸਾਡੇ ਸੜਕਾਂ ਤੇ ਨਹੀਂ ਆਣਗੇ ਨਾ ਆਸ਼ਰਮ। ਪੰਜਾਬ ਦੇ ਵਿੱਚ ਜਿਹੜੀ ਬੀਬੀਆਂ ਮਨਰੇਗਾ ਦੀ ਖਾਸ ਕਰ ਸਰਕਾਰ ਦੇ ਖਿਲਾਫ਼ ਵਿਰੋਧ ਕਰ ਰਹੀ ਹੈ, ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਜੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਉਸ ਦਾ ਖਾਮਿਆਜ਼ਾ 2022 ਦੇ ਇਲੈਕਸ਼ਨ 'ਚ ਭੁਗਤਣਾ ਪੈ ਸਕਦਾ ਹੈ। ਕੈਮਰਾਮੈਨ ਬਾਲ ਸਿੰਘ ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।